ਤੋ ਹੈਲੋ ਦੋਸਤੋ, ਹੋਪ ਤੁਸੀਂ ਐਡਜੈਕਟਿਵਸ ਨੂੰ ਬਹੁਤ ਵਧੀਆ ਤਰੀਕੇ ਨਾਲ ਪ੍ਰੈਕਟਿਸ ਕੀਤੀ ਹੋਣੀ ਆ। ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਪਤਾ ਸੀ ਜਿਵੇਂ ਐਡਵਰਬਸ ਦੇ ਬਾਰੇ ਡਿਸਕਸ ਕਰਾਂਗੇ। ਜਿਨ੍ਹਾਂ ਨੇ ਐਡਜੈਕਟਿਵ ਹਾਲੇ ਤੱਕ ਨਹੀਂ ਕੀਤੇ, ਪਲੀਜ਼ ਪ੍ਰੈਕਟਿਸ ਜ਼ਰੂਰ ਕਰਦੇ ਰਹੋਗੇ ਇਹ ਗ੍ਰਾਮੈਟੀਕਲ ਰੂਲਸ ਦੀ, ਬਿਕੋਜ਼ ਵਿਦਆਊਟ ਪ੍ਰੈਕਟਿਸ ਇਹ ਚੀਜ਼ਾਂ ਬਿਲਕੁਲ ਵੀ ਇੰਪਲੀਮੈਂਟ ਨਹੀਂ ਕਰ ਸਕਦੇ। ਸੋ ਐਡਵਰਬਸ ਐਕਚੁਅਲ ਦੇ ਵਿੱਚ ਕੀ ਹੁੰਦੇ ਆ? ਜਿਵੇਂ ਆਪਾਂ ਕਿਰਿਆ ਕਰਦੇ ਹਾਂ, ਕਿਰਿਆ ਨੂੰ ਨਿਖਾਰਨ ਵਾਲਾ। ਮੰਨ ਕੇ ਚਲੋ ਮੈਂ ਪੈੱਨ ਦਾ ਕੈਪ ਖੋਲਿਆ, ਹੁਣ ਤੁਸੀਂ ਇਹਨੂੰ ਡਿਫਾਈਨ ਕਰੋ ਮੈਂ ਪੈੱਨ ਦਾ ਕੈਪ ਕਿਵੇਂ ਖੋਲਿਆ। ਸੋ ਵੀ ਹੈਵ ਟੂ ਡਿਫਾਈਨ ਦਾ ਐਕਸ਼ਨ, ਮੈਂ ਜਿਹੜਾ ਐਕਸ਼ਨ ਕੀਤਾ ਉਹ ਕਿਵੇਂ ਕੀਤਾ। ਹੁਣ ਮੈਂ ਪੈੱਨ ਦਾ ਕੈਪ ਕਿਵੇਂ ਖੋਲਿਆ? ਪਹਿਲਾਂ ਕਿਵੇਂ ਖੋਲਿਆ ਸੀ? ਸਿੰਪਲ ਭਾਸ਼ਾ ਦੇ ਵਿੱਚ ਜੇ ਮੈਂ ਤੁਹਾਨੂੰ ਸਮਝਾਵਾਂ, ਅਤੇ ਫਾਸਟਲੀ ਅਤੇ ਸਲੋਲੀ, ਸਿੰਪਲ ਵਰਡਸ ਜਿਹੜੇ ਤੁਹਾਨੂੰ ਸਮਝ ਲੱਗ ਜਾਣ। ਮੈਂ ਤਾਂ ਕਰਕੇ ਤੁਹਾਨੂੰ ਸਿੰਪਲ ਤਰੀਕੇ ਨਾਲ ਹੀ ਸਮਝਾ ਰਿਹਾ ਵੀ ਤੁਹਾਡੀ ਭਾਸ਼ਾ ਦੇ ਵਿੱਚ ਇਹ ਚੀਜ਼ਾਂ ਤੁਹਾਨੂੰ ਆਰਾਮ ਨਾਲ ਸਮਝ ਲੱਗ ਸਕਣ। ਐਡਜੈਕਟਿਵ ਦੇ ਵਿੱਚ ਆਪਾਂ ਕੀਤਾ ਸੀਗਾ ਵੀ ਉਹ ਨਾਊਨ ਨੂੰ ਨਿਖਾਰ ਰਿਹਾ ਸੀ, ਹੁਣ ਉਹ ਐਕਸ਼ਨ ਨੂੰ ਨਿਖਾਰੂਗਾ, ਯਾਨੀ ਕਿ ਜਿੱਥੇ ਵੀ ਵਰਬ ਆਇਆ ਵਰਬ ਨੂੰ ਨਿਖਾਰਨ ਦੀ ਕੋਸ਼ਿਸ਼ ਕਰੂਗਾ। ਬੱਚਾ ਭੱਜਿਆ, ਬੱਚਾ ਤੇਜ਼ੀ ਨਾਲ ਭੱਜਿਆ, ਉਹਨੇ ਪਾਣੀ ਡੋਲਿਆ, ਉਹਨੇ ਜ਼ੋਰ ਦੀ ਪਾਣੀ ਡੋਲਿਆ, ਠੀਕ ਹੈ, ਉਹਨੇ ਯਾਦ ਕੀਤਾ, ਉਹਨੇ ਫਟਾਫਟ ਯਾਦ ਕੀਤਾ। ਇਹ ਸਾਰੀਆਂ ਜਿਹੜੀਆਂ ਫਟਾਫਟ, ਤੇਜ਼, ਹੌਲੀ, ਇਹ ਉਹ ਐਕਸ਼ਨ ਦੇ ਨਾਲ ਰਿਲੇਟਡ ਹੈ, ਦੈਟ ਆਰ ਕਾਲਡ ਐਡਵਰਬਸ। ਅਤੇ ਐਡਵਰਬ ਦੀ ਇੱਕ ਸਿੰਪਲ ਜੀ ਪਹਿਚਾਣ ਜਿਹੜੀ ਤੁਸੀਂ ਯਾਦ ਰੱਖ ਲਓ, ਦੈਟ ਇਜ਼ ਐਲ ਵਾਈ। ਮੈਂ ਬੱਚਿਆਂ ਨੂੰ ਕਹਿੰਦਾ ਹੁੰਦਾ ਜੀ 90% ਦੇ ਦਿਮਾਗ 'ਚ ਰੱਖਣਾ ਵੀ 90% ਐਲ ਵਾਈ ਵਾਲੇ ਹੁੰਦੇ ਆ, ਬਿਕੋਜ਼ ਐਡਵਾਂਸ ਗ੍ਰਾਮਰ 'ਚ ਜਦੋਂ ਜਾਂਦੇ ਹਾਂ ਤਾਂ ਥੋੜ੍ਹੀਆਂ ਇਹ ਚੀਜ਼ਾਂ ਕਈ ਵਾਰ ਕੰਪਲੀਕੇਟਿਡ ਹੋ ਜਾਂਦੀਆਂ ਵੀ 10% ਕੇਸਿਸ ਦੇ ਵਿੱਚ ਐਲ ਵਾਈ ਵਾਲੇ ਵਰਡਸ ਕੁਛ ਹੋਰ ਬਣ ਜਾਂਦੇ ਆ। ਸੋ ਆਪਾਂ 90% ਤੱਕ ਹੀ ਬਹੁਤ ਹੈ, ਕਿਉਂਕਿ ਜਿਨ੍ਹਾਂ ਨੇ 50-55 ਲੈਣੇ ਉਹਨਾਂ ਲਈ ਤਾਂ ਇੰਨਾ ਕੁ ਵੀ ਪਤਾ ਲੱਗ ਜਾਏ, ਬਹੁਤ ਈਜ਼ੀ ਹੈ। ਦਾ ਆਰਟਿਸਟ ਕੋਰੇਜੀਅਸਲੀ ਪਰਫੋਰਮਡ ਦਾ ਪਲੇ। ਐਡਜੈਕਟਿਵ ਐਡਵਰਬ ਦਾ ਕੱਲ੍ਹ ਜਿਹੜਾ ਰੂਲ ਕਰਾਇਆ ਸੀ ਉਹਨਾਂ 'ਚ ਇੱਕ ਚੀਜ਼ ਮੈਂ ਤੁਹਾਨੂੰ ਕਲੀਅਰਲੀ ਦੱਸੀ ਸੀ, ਬਲੈਂਕ ਨੂੰ ਜੇ ਤੁਸੀਂ ਛੱਡ ਕੇ ਪੜੋਗੇ, ਯਾਨੀ ਕਿ ਐਡਜੈਕਟਿਵ ਐਡਵਰਬ ਨੂੰ ਜੇ ਸੈਂਟੈਂਸ ਦੇ ਵਿੱਚੋਂ ਕੱਢ ਦਈਏ ਤਾਂ ਸੈਂਟੈਂਸ ਆਪਦਾ ਇੱਕ ਰੂਪ ਵਧੀਆ ਬਣਾ ਕੇ ਬੈਠਾ ਹੁੰਦਾ। ਸੋ ਆਰਟਿਸਟ ਕਿਸ ਤਰੀਕੇ ਨਾਲ ਪਰਫੋਰਮ ਕਰ ਰਿਹਾ ਸੀ ਪਲੇ ਨੂੰ? ਦਾ ਆਰਟਿਸਟ ਪਰਫੋਰਮਡ ਦਾ ਪਲੇ, ਯਾਨੀ ਕਿ ਉਹਨਾਂ ਨੇ ਪਲੇ ਨੂੰ ਪਰਫੋਰਮ ਕੀਤਾ, ਬਟ ਕਿਸ ਤਰੀਕੇ ਨਾਲ, ਬੜੇ ਕਰੇਜ ਨਾਲ ਪਰਫੋਰਮ ਕੀਤਾ। ਕਿੱਥੋਂ ਪਤਾ ਲੱਗਿਆ ਸਰ ਤੁਹਾਨੂੰ ਐਲ ਵਾਈ? ਸਰ ਇਹਨਾਂ ਚੀਜ਼ਾਂ ਦਾ ਆਪਣੇ ਰੀਡਿੰਗ ਦੇ ਵਿੱਚ ਕੀ ਤਾਲੁਕਾਤ ਹੈ? ਜਦੋਂ ਰੀਡਿੰਗ ਰਾਈਟਿੰਗ ਬਲੈਂਕਸ ਆਉਂਦੀਆਂ, ਤੁਸੀਂ ਇੱਕ ਆਪਸ਼ਨ ਨੂੰ ਖੋਲਦੇ ਹੋ, ਉਹਦੇ ਵਿੱਚ 4-5 ਆਪਸ਼ਨਸ ਹੁੰਦੀਆਂ। ਸੋ ਜੇ ਹੋ ਸਕਦਾ ਗ੍ਰਮੈਟੀਕਲ ਰੀਡਿੰਗ ਹੋਵੇ ਤਾਂ ਉਹਦੇ ਵਿੱਚੋਂ 2 ਆਪਸ਼ਨਸ ਹੀ ਹੋਣਗੀਆਂ ਐਲ ਵਾਈ ਵਾਲੀਆਂ। ਉਦੋਂ ਬਾਅਦ ਤੁਹਾਨੂੰ ਦੇਖਣਾ ਪਊਗਾ ਵੀ ਉਹ ਕਿਹੜੀ ਨਾਲ ਕੋਲੋਕੇਟ ਕਰਦਾ, ਫਿਰ ਆਨਸਰ ਦੇਣਾ। ਜੇ ਗੱਲ ਕਰੀਏ ਰੀਡਿੰਗ ਬਲੈਂਕਸ ਦੇ ਥੱਲੇ ਆਪਸ਼ਨਸ ਹੁੰਦੀਆਂ, ਉਹਦੇ ਵਿੱਚੋਂ ਤੁਸੀਂ ਜਦੋਂ ਪਿੱਕ ਕਰਕੇ ਉੱਪਰ ਲੈ ਕੇ ਜਾਣਾ ਹੁੰਦਾ ਉਹ ਵੀ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਇਹਨਾਂ 'ਚ ਐਡਵਰਬ ਕਿਹੜਾ ਅਤੇ ਮੈਂ ਲਾਉਣਾ ਕੀ ਹੈ। ਠੀਕ, ਸੈਕਿੰਡ, ਇਟ ਵਾਸ ਨੀਅਰਲੀ ਇੰਪੋਸੀਬਲ ਟੂ ਐਂਡ ਦੈਟ ਅਪ। ਪੜ੍ਹੋ ਪੜ੍ਹੋ ਜਲਦੀ ਜਲਦੀ, ਦੇਖੋ ਇਹਨਾਂ 'ਚ ਕਿਹੜੀ ਚੀਜ਼ ਤੁਹਾਨੂੰ ਐਡਵਰਬ ਲੱਗਦੀ ਹੈ। ਬੜੀ ਈਜ਼ੀਲੀ ਕੈਚ ਹੋ ਜਾਂਦੀ ਹੈ ਸਰ, ਹੁਣ ਤਾਂ ਵੀ ਐਲ ਵਾਈ ਵਾਲੇ ਐਡਵਰਬ ਹੈ, ਨਾਲੇ ਇਹਨੂੰ ਜਦੋਂ ਮੈਂ ਲਾਈਨ 'ਚੋਂ ਬਾਹਰ ਕੱਢ ਕੇ ਪੜ੍ਹ ਕੇ ਦੇਖਦਾ ਤਾਂ ਲਾਈਨ ਦੀ ਸੈਂਸ ਸਿੱਧੀ ਬਣਦੀ, ਯਾਨੀ ਕਿ ਇਹ ਇੰਪੋਸੀਬਲ ਨੂੰ ਡਿਫਾਈਨ ਕਰ ਰਿਹਾ ਵੀ ਕਿਸ ਤਰੀਕੇ ਨਾਲ ਇੰਪੋਸੀਬਲ ਹੈ। ਇਟ ਇਜ਼ ਨੀਅਰਲੀ, ਯਾਨੀ ਕਿ ਆਪਾਂ ਕਹਿੰਦੇ ਵੀ ਲਗਭਗ ਨਾਮੁਮਕਿਨ ਹੈ ਇਸ ਚੀਜ਼ ਨੂੰ ਖਤਮ ਕਰਨਾ। ਹੀ ਆਸਕਡ ਜੌਨ ਟੂ ਡਰਾ ਆ ਕਨਕਲੂਜਨ। ਇਸੇ ਚੀਜ਼ ਦੀ ਹੁਣ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦਿੱਤੀ ਹੈ, ਜੇ ਮੈਂ ਆਹ 3 ਵਰਡਸ ਇਹਦੇ ਵਿੱਚ ਨਾ ਐਡ ਕਰਾਂ ਤਾਂ ਸੈਂਟੈਂਸ ਵਧੀਆ ਤਰੀਕੇ ਨਾਲ ਆਪਦਾ ਇੱਕ ਸੈਂਸ ਬਣਾ ਰਿਹਾ। ਹੀ ਆਸਕਡ ਜੌਨ ਟੂ ਡਰਾ ਆ ਕਨਕਲੂਜਨ, ਉਹਨੇ ਜੌਨ ਨੂੰ ਕਿਹਾ ਵੀ ਤੂੰ ਇੱਕ ਕਨਕਲੂਜਨ ਕੱਢ। ਹੀ ਇੰਸਟੈਂਟਲੀ ਆਸਕਡ, ਹੁਣ ਕਿਸ ਤਰੀਕੇ ਨਾਲ ਪੁੱਛਿਆ? ਇੰਸਟੈਂਟਲੀ ਪੁੱਛਿਆ ਇੱਕ ਕਿਰਿਆ, ਐਲ ਵਾਈ ਐਡਵਰਬ। ਟੂ ਡਰਾ, ਟੂ ਦੇ ਨਾਲ ਵਰਬ ਦੀ ਫਸਟ ਫਾਰਮ ਲੱਗੀ ਹੈ, ਕਲੀਅਰਲੀ ਡਰਾ, ਆ ਦੇ ਨਾਲ ਕੰਕਲੂਜਨ ਲੱਗਿਆ, ਸ਼ਨ ਵਾਲਾ ਨਾਊਨ ਹੁੰਦਾ, ਇਹ ਤੋਂ ਵੀ ਪਤਾ ਲੱਗ ਜਾਂਦਾ ਵੀ ਨਾਊਨ ਹੈ। ਸੋ ਡਿਟੇਲਡ ਕੰਕਲੂਜਨ, ਯਾਨੀ ਕਿ ਇਹਨਾਂ ਦੇ ਵਿਚਾਲੇ ਇੱਕ ਐਡਜੈਕਟਿਵ ਆ ਗਿਆ, ਕਲੀਅਰ। ਅਗਲਾ, ਕੈਮੀਕਲਸ ਆਫ ਦਾ ਇੰਡਸਟਰੀ ਡੈਸ਼ ਸਪੋਇਲਡ ਦਾ ਰਿਵਰ। ਬਲੈਂਕ ਨੂੰ ਕੱਢੋ, ਕੈਮੀਕਲਸ ਆਫ ਦਾ ਇੰਡਸਟਰੀ ਸਪੋਇਲਡ ਦਾ ਰਿਵਰ। ਹੁਣ ਇੱਥੇ ਕੀ ਦੇਖੋਗੇ ਤੁਸੀਂ ਥੱਲੋਂ ਆਨਸਰ ਦੇਖਣ ਲੱਗਿਆ? ਸਿੰਪਲ ਚੀਜ਼, ਕੋਈ ਵੀ ਆਨਸਰ ਜਿਹਦੇ ਨਾਲ ਐਲ ਵਾਈ ਲੱਗਿਆ ਹੋਵੇ ਉਹਨੂੰ ਇੱਥੇ ਰੱਖੋ, ਅਤੇ ਆਨਸਰ ਸ਼ੁੱਡ ਬੀ ਨੈਗੇਟਿਵ, ਬਿਕੋਜ਼ ਆਪਣੇ ਸੈਂਟੈਂਸ ਦੀ ਟੋਨ ਹੈ ਜਿਹੜੀ ਉਹ ਨੈਗੇਟਿਵ ਵਾਲੇ ਪਾਸੇ ਜਾ ਰਹੀ ਹੈ, ਆਪਾਂ ਨੂੰ ਆਨਸਰ ਵੀ ਨੈਗੇਟਿਵ ਚਾਹੀਦਾ। ਸੋ ਦਿਸ ਇਜ਼ ਅ ਸਿੰਪਲ ਫਾਰਮੂਲਾ ਫੋਰ ਆਈਡੈਂਟੀਫਾਇੰਗ ਐਂਡ ਨੋਇੰਗ ਵਟ ਆਰ ਐਡਵਰਬਸ।
ਬੜਾ ਸਿੰਪਲ ਜਿਹਾ, 90% LY ਵਾਲੇ ਵਰਡਸ 'ਤੇ ਧਿਆਨ ਰੱਖੋ, ਕੋਲੋਕੇਸ਼ਨ ਦੇਖੋ, ਪੋਜ਼ਿਟਿਵਿਟੀ ਨੈਗੇਟਿਵਿਟੀ ਦੇਖੋ। ਹੁਣ ਆਪਾਂ ਕੁਛ ਕੁ ਇਹਦੇ ਨਾਲ ਰਿਲੇਟਡ ਦੋਨਾਂ ਟਾਸਕ ਨਾਲ ਰਿਲੇਟਡ ਆਪਾਂ ਕਰਾਂਗੇ ਐਗਜ਼ਾਮਪਲਸ, ਸਟੇ ਟਿਊਨਡ। ਅਤੇ ਸੰਡੇ ਨੂੰ ਆਪਾਂ ਰੀਡਿੰਗ ਲਾਈਵ ਕਰਾਂਗੇ ਤੁਹਾਡੇ ਸਾਰਿਆਂ ਦੇ ਸਾਹਮਣੇ, ਜਿੰਨੇ ਵੀ ਬੱਚੇ ਹੋ ਸਕਦੇ ਆ ਦੁਪਹਿਰੇ 12 ਵਜੇ ਪਲੀਜ਼ ਜੁਆਇਨ ਹੋਣ ਦੀ ਕੋਸ਼ਿਸ਼ ਕਰਿਓ। ਆਪਣੇ ਯੂਟਿਊਬ ਚੈਨਲ ਦੇ ਉੱਤੇ ਆਪਾਂ ਲਾਈਵ ਹੋਵਾਂਗੇ। ਥੈਂਕ ਯੂ।